ਬਜੀ ਅੱਜ ਦਾ ਜਿਹੜਾ ਬੰਦ ਹੈਗਾ ਕੀ ਰਹੇਗਾ ਬੰਦ ਚ ਤੇ ਕਿੰਨੇ ਵਜੇ ਤੱਕ ਬੰਦ ਰਹਿਣ ਵਾਲਾ ਤੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਪ੍ਰਦਰਸ਼ਨ ਅੱਜ ਮੈਂ ਗੁਰਭਜਨ ਸਿੰਘ ਚੱਬਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਬੰਦ ਦੀ ਜਿਹੜੀ ਆ ਕਾਲ ਦਿੱਤੀ ਗਈ ਆ ਭਾਰਤ ਬੰਦ ਦੀ ਇਹਨੂੰ ਪੂਰੀ ਤਰ੍ਹਾਂ ਜਿਹੜਾ ਵਾ ਸਫਲ ਕਰਾਂਗੇ ਔਰ ਲੋਕਾਂ ਦੇ ਸਹਿਯੋਗ ਨਾਲ ਕਰਾਂਗੇ ਸ਼ਾਂਤਮਈ ਸਾਡਾ ਜਿਹੜਾ ਭਾਰਤ ਬੰਦ ਆ ਲੋਕ ਬਹੁਤ ਵੱਡੀ ਪੱਧਰ ਤੇ ਇਹਨੂੰ ਜਿਹੜਾ ਵਾ ਸਾਡਾ ਸਾਥ ਦੇ ਰਹੇ ਆ ਸਾਥ ਦੇ ਕੇ ਜਿਹੜਾ ਇਹਨੂੰ ਪੂਰਨ ਰੂਪ ਚ ਵਿੱਚ ਜਿਹੜਾ ਵਾ ਉਹ ਬੰਦ ਕਰਨਗੇ ਤੇ ਪੂਰੀ ਤਰ੍ਹਾਂ ਸ਼ਾਂਤਮਈ ਰਹੂਗਾ ਐਮਰਜੈਂਸੀ ਸੇਵਾਵਾਂ ਜਿਹੜੀਆਂ ਵਾ ਉਹ ਇਹਦੇ ਵਿੱਚ ਜਿਹੜੀਆਂ ਵਾ ਉਹ ਲਾਗੂ ਰਹਿਣਗੀਆਂ ਉਹਨਾਂ ਨੂੰ ਨਹੀਂ ਰੋਕ ਹੋਊਗੀ ਕਿਉਂਕਿ ਐਮਰਜੈਂਸੀ ਜਿਹੜੀਆਂ ਵਾ ਜਿਸ ਤਰ੍ਹਾਂ ਹਸਪਤਾਲ ਜਾਣਾ ਕਿਸੇ ਜਾਂ ਹੋਰ ਇਹੋ ਜਿਹੀਆਂ ਉਹ ਜ਼ਰੂਰ ਅਸੀਂ ਸੇਵਾਵਾਂ ਜਾਰੀ ਰੱਖਦੇ ਹੁੰਦੇ ਹਾਂ ਬਾਕੀ ਜਿਹੜੀਆਂ ਪੂਰੀ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਬੰਦ ਰਹਿਣਗੀਆਂ ਅਤੇ ਸ਼ਾਮ ਤੱਕ ਜਿਹੜਾ ਵਾ 4 ਵਜੇ ਤੱਕ ਜਿਹੜਾ ਵਾ ਪੂਰਨ ਰੂਪ ਦੇ ਵਿੱਚ ਜਿਹੜਾ ਵਾ ਬੰਦ ਰਹੂਗਾ ਅਤੇ ਇੱਥੇ ਗੋਲਡਨ ਗੇਟ 'ਤੇ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਸ਼ਹਿਰ ਦੇ ਅੰਦਰ ਹੋਰ ਕਿੱਥੇ-ਕਿੱਥੇ ਪ੍ਰਦਰਸ਼ਨ ਕੀਤਾ ਜਾਏਗਾ ਇਹ ਸਾਡੇ ਜਿਹੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਜਿਹੜਾ ਵਾ 30 ਥਾਵਾਂ 'ਤੇ ਕਰਾਂਗੇ ਅਸੀਂ ਇੱਥੇ ਗੋਲਡਨ ਗੇਟ 'ਤੇ ਪੂਰੀ ਤਰ੍ਹਾਂ ਜਿਹੜਾ ਵਾ ਬੰਦ ਕਰਕੇ ਅਤੇ ਇਹਨੂੰ ਜਿਹੜਾ ਵਾ ਭਾਰਤ ਬੰਦ ਦਾ ਸਮਰਥਨ ਕਰਾਂਗੇ ਹਾਂ ਜਿਹੜਾ ਵਾ ਇਹ ਸਾਡਾ ਭਾਰਤ ਬੰਦ ਦਾ ਸਮਰਥਨ ਆ ਕਾਲੇ ਕਾਨੂੰਨ ਜਿਹੜੇ ਆ ਸਾਡੇ ਜਿਹੜੇ ਆ ਉਹ ਅਜੇ ਤੱਕ ਰੱਦ ਨਹੀਂ ਹੋਏ 11ਵੇਂ ਮਹੀਨੇ ਦੇ ਵਿੱਚ ਅਸੀਂ ਜਿਹੜਾ ਵਾ ਉਹ ਪ੍ਰਵੇਸ਼ ਕਰ ਗਏ ਹਾਂ 700 ਦੇ ਕਰੀਬ ਸਾਡੀਆਂ ਜਿਹੜੀਆਂ ਵਾ ਜਾਨਾਂ ਕੁਰਬਾਨ ਹੋ ਚੁੱਕੀਆਂ ਸ਼ਹੀਦੀਆਂ ਹੋ ਚੁੱਕੀਆਂ ਪਰ ਮੋਦੀ ਅਜੇ ਵੀ ਜਿਹੜਾ ਟੱਸ ਤੋਂ ਮਸ ਨਹੀਂ ਹੋ ਰਿਹਾ ਲਗਾਤਾਰ ਜਿਹੜਾ ਵਾ ਉਹ ਪੂੰਜੀਪਤੀਆਂ ਦੇ ਹੱਕ ਦੇ ਵਿੱਚ ਨੀਤੀ ਨੂੰ ਅੱਗੇ ਵਧਾ ਰਿਹਾ ਪੂਰਾ ਦੇਸ਼ ਜਿਹੜਾ ਵਾ ਵੇਚਣ ਦੀਆਂ ਜਿਹੜੀਆਂ ਵਿਉਂਤਾਂ ਘੜ ਰਿਹਾ ਵਾ ਅਤੇ ਪੂਰੀ ਤਰ੍ਹਾਂ ਜਿਹੜਾ ਵਾ ਸਾਡੇ ਅਦਾਰੇ ਜਿਹੜਾ ਵੇਚੀ ਜਾ ਰਿਹਾ ਝੋਨੇ ਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਵਾ ਪਾਬੰਦੀਆਂ ਲਾ ਰਿਹਾ ਪਰਾਲੀ ਸਾੜਨ ਅਤੇ ਪੋਲਿਊਸ਼ਨ ਦਾ ਲਾ ਰਿਹਾ ਵਾ ਹੋਰ ਜਿਹੜੇ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਲਾ ਕੇ ਪੂਰੀ ਤਰ੍ਹਾਂ ਕਿਸਾਨੀ ਨੂੰ ਖਤਮ ਕਰਨ ਵਾਸਤੇ ਜਿਹੜਾ ਵਾ ਇਹ ਬਿੱਲ ਲਿਆਂਦੇ ਜਿਹੜੇ ਬਹੁਤ ਘਾਤਕ ਆ ਇਕੱਲੇ ਕਿਸਾਨੀ ਵਾਸਤੇ ਨਹੀਂਗੇ ਆਮ ਲੋਕਾਂ ਵਾਸਤੇ ਵੀ ਇਹ ਜਿਹੜੇ ਬਿੱਲ ਆ ਬਹੁਤ ਜਿਹੜੇ ਘਾਤਕ ਆ ਜਿਨ੍ਹਾਂ ਨੂੰ ਅਸੀਂ ਰੱਦ ਕਰਵਾਉਣ ਵਾਸਤੇ ਇਹ ਸੰਘਰਸ਼ ਵਿੱਢਿਆ ਅਤੇ ਅਖੀਰ ਰੱਦ ਕਰਵਾ ਕੇ ਅਸੀਂ ਸੰਘਰਸ਼ ਜਿਹੜਾ ਵਾ ਉਹ ਵਾਪਸ ਲਵਾਂਗੇ